ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਮੁਕਤੀ ਨਾਮਾ ਗ੍ਰੰਥ ਦੇ ਤਹਿਤ ਜੋ ਅੰਦਰੂਨੀ ਤੇ ਬਹਿਰੂਨੀ ਜੜੀਆਂ ਰਹਿਤਾਂ ਹੈਗੀਆਂ ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਨਾਲ ਸਾਂਝੀਆਂ ਕੀਤੀਆਂ ਹੈ ਉਸ ਦੀ ਕੁਝ ਕੁ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਆਪ ਸਾਰਿਆਂ ਸੰਗਤਾਂ ਦੇ ਗਿਆਤ ਵਾਸਤੇ ਜ਼ਰੂਰੀ ਆ ਕਿ ਜਿਹੜਾ ਮੁਕਤੀ ਨਾਮਾ ਗ੍ਰੰਥ ਵਾ ਹਨ ਇਸ ਦੀ ਜਿਹੜੀ ਸ਼ੁਰੂਆਤ ਸੀਗੀ ਦੋ ਸਿੰਘ ਲਾਹੌਰਾ ਸਿੰਘ ਤੇ ਮਾਲਾ ਸਿੰਘ ਇਹਨਾਂ ਦਾ ਆਪਸ ਵਿੱਚ ਜਿਹੜਾ ਸੀਗਾ ਉਹ ਲੈਣ ਦੇਣ ਦਾ ਅੰਦਰੂਨੀ ਝਗੜਾ ਸੀਗਾ ਇਹ ਜਿਹੜਾ ਝਗੜਾ ਦਸ਼ਮੇਸ਼ ਪਿਤਾ ਮਾਰੇ ਪਾਸੇ ਗਿਆ ਸੀਗਾ ਤੇ ਉਹਨਾਂ ਨੇ ਇਸ ਝਗੜੇ ਦੇ ਪਰਥਾਏ ਜੋ ਖਾਲਸੇ ਨੂੰ ਰਹਿਤਾਂ ਦੱਸੀਆਂ ਸੀਗੀਆਂ ਉਹ ਰਹਿਤਾਂ ਜਿਹੜੀਆਂ ਹਨ ਹਰੇਕ ਸਿੱਖ ਨੂੰ ਬਹੁਤ ਧਿਆਨ ਦੇ ਨਾਲ ਸੁਣਨੀਆਂ ਚਾਹੀਦੀਆਂ ਆਪਣੇ ਜੀਵਨ 'ਚ ਬਚਣੀਆਂ ਚਾਹੀਦੀਆਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੀਆਂ ਚਾਹੀਦੀਆਂ ਹੈਗੀਆਂ ਤਾਂ ਜੋ ਸਿੱਖ ਜਿਹੜਾ ਹਨ ਉਹ ਪੂਰੀ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਖਾਸ ਹੋਵੇ ਨਿਰਪੋਵਣ ਬਣ ਸਕੇ ਨਿਰਵੈਰ ਬਣ ਸਕੇ ਤੇ ਆਪਣਾ ਲੋਕ ਤੇ ਪਰਲੋਕ ਸਵਾਰ ਸਕੇ ਸੋ ਜਿਹੜੇ ਗੁਰਸਿੱਖ ਇਸ ਮੁਕਤੀ ਨਾਮਾ ਗ੍ਰੰਥ ਦੀਆਂ ਜਿਹੜੀਆਂ ਅੰਦਰੂਨੀ ਤੇ ਬਹਿਰੂਨੀ ਰਹਿਤਾਂ ਨੂੰ ਆਪਣੇ ਜੀਵਨ ਦੇ ਵਿੱਚ ਘਮਾਉਂਦੇ ਆ ਤੇ ਉਹਨਾਂ ਦਾ ਲੋਕ ਤੇ ਪ੍ਰਲੋਕ ਦੇ ਬੰਧਨਾਂ ਤੋਂ ਬੰਦ ਖਲਾਸੀ ਹੋ ਜਾਂਦੀ ਆ ਤੇ ਅੰਤ ਸਮਾਂ ਇਹੋ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਉਹ ਆਪਣਾ ਜੀਵਨ ਸਵਾਰਦੇ ਹੋਏ ਅਖੀਰ ਸੱਚਖੰਡ ਸਦਾ ਦੇ ਨਿਵਾਸੀ ਬਣ ਜਾਂਦੇ ਆ ਸੋ ਜੋ ਪਹਿਲੀ ਰਹਿਤ ਇਹ ਹੈਗੀ ਆ ਕਿ ਕੋਈ ਵੀ ਜਿਹੜਾ ਵਿਅਕਤੀ ਆ ਜਦੋਂ ਉਹ ਸਿੱਖ ਬਣ ਜਵੇ ਸਿੱਖ ਹੋ ਕੇ ਕਿਸੇ ਤੋਂ ਕਰਜ਼ਾ ਨਾ ਲਵੇ ਦੇਖੋ ਮਰ ਜਿੰਦੇ ਪੇੜੀ ਰਹਿ ਦਸੀ ਆ हां अगर किते जरूरी कार्य वास्ते किसी को कर्जा लेना भी पै जेवे क्यों? तो फिर जेड़ा ओनु वक्त ਦਿੱਤਾ ਹੁੰਦਾ ਟਾਈਮ ਦਿੱਤਾ ਹੁੰਦਾ ਉਸ ਵਕਤ ਤੇ ਟਾਈਮ ਦੇ ਵਿੱਚ ਉਹ ਕਰਜ਼ਾ ਜਰੂਰ ਮੋੜੇ ਕਿਉਂ ਕਿ ਕਿਉਂਕਿ ਸਿੱਖ ਦਾ ਬਖਸ਼ਰ ਕਰਜ਼ਾ ਮੋੜਿਆ ਜਿਹੜਾ ਹੈਗਾ ਉਸ ਦੇ ਅਮਾਨ ਨੂੰ ਬੁਦਾ ਦਿੰਦਾ ਤੇ ਅਗਰ ਦੂਸਰੀ ਗੱਲ ਹੈ ਕਿ ਅਗਰ ਸਿੱਖ ਕਿਸੇ ਤੋਂ ਕਰਜ਼ਾ ਲੈ ਲਿੰਦਾ ਕਿਸੇ ਮਜਬੂਰੀ ਕਰਨਾ ਤੇ ਉਹ ਜਿਹੜਾ ਲੈਣ ਵਾਲਾ ਸਿੱਖ ਕਰਜ਼ਾ ਲੈਣ ਵਾਲਾ ਹੈਗਾ ਉਹ ਦੂਸਰਾ ਸਿੱਖ ਜੋ ਕਰਜ਼ਾ ਦਿੰਦਾ ਹੈਗਾ ਉਹ ਦਾ ਅੰਦਰ ਖਾਤੇ ਥੋੜਾ ਗੁਲਾਮ ਬਣ ਜਾਂਦਾ ਹੈ ਇਸ ਕਰਕੇ ਮਾਰ ਜ ਨੇ ਆਖਿਆ ਸੀਗਾ ਕਿ ਅਬਰ ਤਾਂ ਸਿੱਖ ਕਰਜ਼ਾ ਲਵੇ ਨਾ ਹਾਂ ਕਿਸੇ ਹਾਲਾਤਾਂ ਚ ਲੈਣਾ ਵੀ ਪੈ ਜਵੇ ਤੇ ਫਿਰ ਭਾਈ ਟਾਈਮ ਸਰ ਮੋੜੇ ਸੋ ਅਗਲੀ ਜਿਹੜੀ ਰਹਿ ਤਾ ਦਸ਼ਮੇਸ਼ ਪੇ ਤਾਂ ਮਾਰ ਨੇ ਦੱਸੀ ਆ ਕਿ ਸਿੱਖ ਕਦੀ ਵੀ ਝੂਠਾ ਬਚਨ ਨਾ ਸੁਣੇ ਨਾ ਮੂੰਹੋਂ ਕਹੇ ਕਿਉਂਕਿ ਝੂਠੇ ਬਚਨ ਦੇ ਨਾਲ ਜਿਹੜਾ ਹਿਰਦਾ ਹੈਗਾ ਉਹ ਮੁਲੀਨ ਹੋ ਜਾਂਦਾ ਤੇ ਝੂਠ ਬੋਲਣਾ ਵੀ ਵੈਸੇ ਹਨਾ ਮਰਦਾਰ ਖਾਨ ਦੇ ਬਰਾਬਰ ਹੈਗਾ ਇਸ ਕਰਕੇ ਝੂਠਾ ਬਚਨ ਮੂੰਹੋਂ ਕਦੀ ਸੁਣਨਾ ਨਹੀਂ ਚਾਹੀਦਾ ਤੇ ਕਦੀ ਮੂੰਹੋਂ ਕਹਿਣਾ ਵੀ ਨਹੀਂ ਚਾਹੀਦਾ ਹੈ ਸੋ ਅਗਲੀ ਜਿਹੜੀ ਰਹਿਤ ਹੈ ਦਸ਼ਮੇਸ਼ ਪਤਨ ਦਸੀ ਉਹ ਕੀ ਹੈ ਉਹ ਹੈ ਝੂਠ ਦੇ ਨਾਲ ਸਿੱਖ ਪ੍ਰੀਤ ਨਾ ਕਰੇ ਆਮ ਕਰਕੇ ਅਸੀਂ ਕਾਲ ਯੁਗ ਦੇ ਵਿੱਚ ਦੇਖਿਆ ਹੈਗਾ ਕਿ ਜਿਹੜੇ ਸਿੱਖ ਆਪਣੇ ਜੀਵਨ ਦੇ ਵਿੱਚ ਕਮਾ ਕਰਾਂ ਦਾ ਵਿਵਹਾਰ ਕਰਦੇ ਆ ਦੁਕਾਨਦਾਰੀ ਕਰਦੇ ਜਾਂ ਕੋਈ ਕਾਰਜ ਕਰਦੇ ਆ ਉਹਨਾਂ ਦੀ ਰਸਨਾ ਤੇਨੇ ਝੂਠ ਜਿਆਦਾ ਪ੍ਰਦਾਨ ਹੁੰਦਾ ਹੈ ਫਰਜ਼ ਕਰੋ ਅਗਰ ਕਿਸੇ ਸਿੱਖ ਨੂੰ ਹੋਣਾ ਕਿਸੇ ਕੰਮ ਦੇ ਵਿੱਚ ਕੋਈ ਲਾਭ ਮਿਲ ਰਿਹਾ ਹੈਗਾ ਉਹ ਕਦੀ ਨਹੀਂ ਬੋਲੂਗਾ ਕਿ ਮੈਨੂੰ ਇਹਦੇ ਵਿੱਚ ਫਾਇਦਾ ਹੋ ਰਿਹਾ ਹੈਗਾ ਹਮੇਸ਼ਾ ਇਹੀ ਬੋਲੂਗਾ ਕਿ ਭਾਈ ਨਫਾ ਕੀ ਹੋਣਾ ਉਲਟਾ ਨੁਕਸਾਨ ਹੋ ਰਿਹਾ ਹੈਗਾ ਕਿਉਂਕਿ ਉਹਨੇ ਦੀ ਜਿਹੜੀ ਪ੍ਰੀਤ ਹੈ ਨਾ ਝੂਠ ਦੇ ਨਾਲ ਹੋ ਜਾਂਦੀ ਹੈ ਇਸ ਕਰਕੇ ਸਿੱਖ ਜਿਹੜਾ ਹਨ ਝੂਠ ਦੇ ਨਾਲ ਪ੍ਰੀਤ ਨਾ ਕਰੇ ਇਸ ਤੋਂ ਬਚਨ ਦੀ ਬੜੀ ਲੋੜ ਹੈਗੀ। ਸੋ ਅਗਲਾ ਬਚਨ ਮਰਜ਼ਦਾ ਹੈਗਾ ਕਿ ਜਿਹੜੇ ਹੈ ਨਾ ਸਿੱਖ ਹੈਗਾ ਗੁਰਸਿੱਖ ਹੈਗਾ ਉਹ ਸਤਸੰਗੀ ਹੋਵੇ। ਸਤ ਦਾ ਸੰਗ ਕਰਨ ਵਾਲਾ ਹੋਵੇ ਝੂਠ ਦਾ ਸੰਗ ਨਾ ਕਰੇ। ਇਸ ਕਰਕੇ ਜਿਹੜੇ ਸਤਸੰਗੀ ਮਹਾਂਪੁਰਖ ਵਾਹਨ ਉਹਨਾਂ ਦੇ ਪਾਸ ਬੈਠੇ ਤੇ ਉਹਨਾਂ ਦੇ ਨਾਲ ਆਪਣਾ ਮਿਲਵਰਤਨ ਰੱਖੇ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਸਤਸੰਗੀ ਪੁਰਖਾਂ ਦੀਆਂ ਆਪ ਸੁਣੇ ਕੁਝ ਆਪ ਵੀ ਕਹੇ। ਇਸ ਤਰ੍ਹਾਂ ਵਿਚਾਰ ਵਟਾਂਦਰੇ ਤੋਂ ਦੁਬਾ ਤੇ ਜਿਹੜੀਆਂ ਗੱਲਾਂ ਜੀਵਨ ਦੇ ਵਿੱਚ ਅਪਣਾਉਣੀਆਂ ਕੀ ਨਹੀਂ ਅਪਣਾਉਣੀਆਂ ਤੇ ਉਹਨਾਂ ਗੱਲਾਂ ਦੇ ਉੱਤੇ ਵਿਸ਼ੇਸ਼ ਤੌਰ ਤੇ ਧਿਆਨ ਦਵੇ ਤੇ ਇਸ ਤਰ੍ਹਾਂ ਸਿੱਖ ਜਿਹੜਾ ਹਨ ਉਹ ਸੱਚ ਦੀ ਕਮਾਈ ਕਰੇ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈਗਾ ਕਿ ਸਿੱਖ ਜਿਹੜਾ ਹਨ ਉਹ ਸੱਚ ਦੇ ਨਾਲ ਪ੍ਰੀਤੀ ਕਰੇ। ਔਰ ਸੱਚ ਦੇ ਨਾਲ ਪ੍ਰੀਤੀ ਕਰਕੇ ਸਮਾ ਸੱਚ ਦੇ ਨਾਲ ਜਿਹੜੀ ਪ੍ਰੀਤ ਆ ਉਸ ਨੂੰ ਹੋਰ ਵਧਾਵੇ ਤੇ ਉਹਦੇ ਜੀਵਨ ਦੇ ਵਿੱਚ ਜਿਹੜਾ ਬੋਲਣਾ ਸੁਣਨਾ ਜਾਂ ਜੋ ਵੀ ਗੱਲਬਾਤ ਆ ਹਨਾ ਉਹ ਤਕਰੀਬਨ ਸੱਚ ਦੇ ਨਾਲ ਹੋਵੇ ਕਿਉਂਕਿ ਇੱਕ ਵਾਰ ਝੂਠ ਬੋਲ ਜਾ ਸਿੱਖ ਦੇ ਅੰਦਰ ਫਿਰ ਉਹ ਜਿਹੜਾ ਸੱਚ ਆ ਹਨ ਉਹ ਸੱਚ ਜਿਹੜਾ ਹੈਗਾ ਉਹ ਹਮੇਸ਼ਾ ਫਿਰ ਸੱਚ ਨਹੀਂ ਲੈਂਦਾ ਕਿਉਂਕਿ ਝੂਠ ਬੋਲਣ ਦੇ ਨਾਲ ਆਮ ਤੌਰ ਤੇ ਉਹਦੇ ਉੱਤੇ ਜਿਹੜਾ ਵਿਸ਼ਵਾਸ ਆ ਹਨ ਫਿਰ ਚੱਕਿਆ ਜਾਂਦਾ ਹੈਗਾ ਇਸ ਕਰਕੇ ਭਾਈ ਸੱਚ ਦੇ ਨਾਲ ਪ੍ਰੀਤ ਕਰੀ ਤੇ ਸੱਚ ਦੀ ਪ੍ਰੀਤ ਨੂੰ ਵਧਾਵੇ ਸੋ ਅਗਲਾ ਵਚਨ ਦਸ਼ਮੇਸ਼ ਪੀਤਾ ਮਰਜ਼ਾ ਹੈਗਾ ਕਿ ਸਿੱਖ ਜ਼ਿੰਦਗੀ ਵਿੱਚ ਕਦੀ ਵੀ ਛਲ ਕਪਟ ਨਾ ਕਰੇ ਕਿਉਂਕਿ ਜਿਹੜਾ ਬੰਦਾ ਛਲਕਪਟ ਕਰਦਾ ਹੈਗਾ ਅਸਲ ਦੇ ਵਿੱਚ ਉਹ ਬੰਦਾ ਜਿਹੜਾ ਅੰਦਰੋਂ ਕੱਚਾ ਹੁੰਦਾ ਹੈਗਾ ਇਸ ਕਰਕੇ ਮੂੰਹੋਂ ਕੁਛ ਕਹਿਣਾ ਤੇ ਅੰਦਰੋਂ ਕੁਛ ਕਰਨਾ ਇਹ ਕਿਸੇ ਤਰ੍ਹਾਂ ਵੀ ਪੂਰੀ ਨਹੀਂ ਭੰਡ ਦਿੰਦਾ ਹੈਗਾ ਇਸ ਕਰਕੇ ਸਾਨੂੰ ਗੁਰਬਾਣੀ ਨੇ ਵੀ ਆਖਿਆ ਹੈਗਾ ਕਿ ਅੰਦਰੋਂ ਝੂਠੇ ਪੈਜ ਬਾਹਰ ਕਿ ਅੰਦਰੋਂ ਦੇ ਝੂਠੇ ਬਾਹਰੋਂ ਆਪਣੀ ਇੱਜ਼ਤ ਬਣਾਈ ਰੱਖਣੀ ਉਹ ਕਿਸੇ ਤਰ੍ਹਾਂ ਵੀ ਪੂਰੀ ਨਹੀਂ ਭੰਡ ਦਿੰਦੀ ਇਸ ਕਰਕੇ ਭਾਈ ਸਿੱਖ ਛਲਕਪਟ ਤੋਂ ਰਹਿਟ ਹੋਵੇ ਜੋ ਅੰਦਰ ਹੋਵੇ ਉਹ ਹੀ ਸੱਚ ਦੇ ਹਮੇਸ਼ਾ ਰਸਨਾ ਦੇ ਉਤੇ ਹੋਵੇਗਾ ਸੋ ਅਗਲੀ ਗੱਲ ਜਿਹੜੀ ਆ ਦਸ਼ਮੇਸ਼ ਪਿਤਾ ਮਾਰੇ ਨੇ ਰਹਿ ਦਈਏ ਦੱਸੀ ਆ ਕਿ ਸਿੱਖ ਨੇ ਜੀਵਨ ਦੇ ਵਿੱਚ ਰੋਜੀ ਰੋਟੀ ਕਮਾਉਣੀ ਆ ਪਰ ਕਮਾਉਣੀ ਕਿਵੇਂ ਹੈਗੇ ਆ ਸੱਚ ਦੇ ਨਾਲ ਭਾਵ ਕਿ ਸੱਚੀ ਕਿਰਤ ਕਰਨੀ ਆ ਝੂਠੀ ਕਿਰਤ ਨਹੀਂ ਕਰਨੀ ਐਸੀ ਕਿਰਤ ਨਹੀਂ ਕਰਨੀ ਜਿਸ ਦੇ ਨਾਲ ਦੂਜਿਆਂ ਦਾ ਨੁਕਸਾਨ ਹੋਵੇ ਸੋ ਉਹ ਕਿਰਤ ਕਰਨੀ ਆ ਜਿਹਦੇ ਨਾਲ ਦੂਸਰਿਆਂ ਦਾ ਭਲਾ ਹੋਵੇ ਤੇ ਇਸ ਭਲਾਈ ਦੇ ਨਾਲ ਤੁਹਾਨੂੰ ਕਿਰਤ ਦੇ ਵਿੱਚ ਅਸੀਸਾਂ ਮਿਲਣ ਇਸ ਕਰਕੇ ਸਾਨੂੰ ਦਸ਼ਮੇਸ਼ ਪਿਤਾ ਮਰਜ ਨੇ ਆਖਿਆ ਕਿ ਸਿੱਖ ਜਿਹੜਾ ਹਨ ਉਹਦੇ ਜਿਹੜੇ ਕੰਮ ਹੈ ਕੋ ਪਾਰਦਰਸ਼ੀ ਹੋਣੇ ਚਾਹੀਦੇ ਆ ਗੁਪਤ ਨਹੀਂ ਹੋਣੇ ਚਾਹੀਦੇ ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਸਿੱਖ ਜਿਹੜਾ ਹਨ ਉਹ ਪਖੰਡ ਤੋਂ ਰਹਿਤ ਹੋਵੇ ਸਿੱਖ ਦੰਬੀ ਨਾ ਹੋਵੇ ਪਖੰਡੀ ਨਾ ਹੋਵੇ ਇਸ ਕਰਕੇ ਕੋਈ ਵੀ ਕੰਮ ਜਿਹੜਾ ਹਨ ਉਹਦਾ ਪਰਦੇ ਤੋਂ ਰਹਿਤ ਹੋਵੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪਰਦਾ ਨਾ ਹੋਵੇ ਕੋਈ ਦਿਖਾਵਾ ਨਾ ਹੋਵੇ ਇਸ ਕਰਕੇ ਸਿੱਖ ਦੇ ਅੰਦਰ ਕੇਵਲ ਤੇ ਕੇਵਲ ਜਿਹੜੀ ਹਨ ਉਹ ਪਾਰਦਰਸ਼ਾ ਜਿਹੜੀ ਆ ਉਹ ਅੰਦਰ ਝਲਕਣੀ ਚਾਹੀਦੀ ਆ ਸੋ ਅਗਲਾ ਬਚਨ ਦਸ਼ਮੇਸ਼ ਪੀਤਾ ਦਾ ਮਹਾਰਾਜਾ ਹੈ ਕਿ ਸਿੱਖ ਜਿਹੜਾ ਹਨ ਜਿੱਦਾਂ ਸੱਚ ਤੇ ਝੂਠ ਬੋਲਣਾ ਹੈਗਾ ਸੱਚ ਝੂਠ ਬੋਲਣ ਲੱਗੇ ਵੀ ਕਹਿੰਦੇ ਵਿਚਾਰ ਕਰੇ ਕਿਉਂ ਇਹਦੇ ਵਿੱਚ ਦਸ਼ਮੇਸ਼ ਪੀਤਾ ਮਹਾਰਾਜਾ ਖਾਸ ਦੱਸਿਆ ਹੈਗਾ ਕਿ ਇਹਦੇ ਵਿੱਚ ਇੱਕ ਬੜਾ ਸ਼ੂਖਮ ਪੇਧ ਹੈ ਜਿਵੇਂ ਇੱਕ ਮਾਪੁਰਖ ਬੱਬਾ ਪਰਮੰਨਾ ਜੀ ਦੱਸਦੇ ਸੀ ਕਿ ਖਾਸ ਕਰਕੇ ਜਿਹੜੇ ਪੱਛਮ ਦੇ ਲੋਕੀ ਹਨ ਕਹਿੰਦੇ ਉਹ ਸਾਡੇ ਇਸ ਭਾਰਤ ਵਰਸ਼ ਦੇ ਲੋਕਾਂ ਨਾਲੋਂ ਜ਼ਿਆਦਾ ਸੱਚ ਬੋਲਦੇ ਆ ਤੇ ਲੇਕਨ ਕਹਿੰਦੇ ਵੀ ਉਹਨਾਂ ਦਾ ਸੱਚ ਬੋਲਿਆ ਵੀ ਕਈ ਵਾਰੀ ਜਿਹੜਾ ਹਨ ਉਹ ਆਦਮੀ ਦਾ ਨੁਕਸਾਨ ਕਰਾ ਦਿੰਦਾ ਹੈ ਇਸ ਕਰਕੇ ਸੱਚ ਬੋਲਣ ਦੇ ਵਿੱਚ ਬੜੇ ਸ਼ੂਖਮ ਪੇਦਾ ਸੋ ਕਹਣ ਤੋਂ ਪਾ ਵੀ ਆ ਕਿ ਅਗਰ ਕਿਸੇ ਨੂੰ ਫਾਂਸੀ ਲੱਗਦੀ ਹੋਵੇ ਕਿਸੇ ਦਾ ਨੁਕਸਾਨ ਹੋਣਾ ਹੋਵੇ ਕਿਸੇ ਦੇ ਰਿਸ਼ਤਾ ਹੋ ਰਿਹਾ ਰਿਸ਼ਤੇ ਦੇ ਵਿੱਚ ਵਧੀਆ ਰਿਸ਼ਤੇ ਦੇ ਵਿੱਚ ਪਾਣੀ ਮਾਰ ਦੇਣੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਦੇ ਵਿੱਚ ਅਗਰ ਤੁਹਾਨੂੰ ਥੋੜਾ ਝੂਠ ਵੀ ਬੋਲਣਾ ਪੈ ਜਵੇ ਕਿਸੇ ਦੇ ਭਲੇ ਦੇ ਵਾਸਤੇ ਤਕਿੰਨੇ ਵੀ ਇਹ ਬਹੁਤ ਚੰਗੀ ਗੱਲ ਹੈਗੀ ਆ ਇਸ ਕਰਕੇ ਸਿੱਖ ਨੂੰ ਅਗਰ ਝੂਠ ਬੋਲਣਾ ਜ਼ਿੰਦਗੀ ਚ ਪੈ ਜਵੇ ਤੇ ਬੜੇ ਵਿਚਾਰ ਨਾ ਬੋਲੇ ਇਸ ਵਿਚਾਰ ਨਾ ਬੋਲੇ ਕਿ ਅਗਲੇ ਦਾ ਨੁਕਸਾਨ ਨਾ ਹੋਵੇ ਸਗੋਂ ਦੂਸਰੇ ਦਾ ਭਲਾ ਹੋ ਜਵੇ ਜਿਵੇਂ ਸੁਖਾ ਸਿੰਘ ਤੇ ਮਹਤਾਬ ਸਿੰਘ ਸਿੰਘ ਹੋਏ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਰੰਗੜ ਦਾ ਜਿਹੜਾ ਸਗਾ ਸਰ ਵੱਡਿਆ ਸਗਾ ਸੋ ਉਹ ਜਿਹੜਾ ਦਰਬਾਰ ਸਾਹਿਬ ਐਸੀ ਤਰ੍ਹਾਂ ਪੈਰਨ ਪੁਸ਼ਾ ਵੀ ਤੋਸੀਕ ਕੋਣ ਆ ਉਹਨਾਂ ਨੇ ਫਸਟ ਟਾਈਮ ਸੱਚ ਨਹੀਂ ਸੀ ਬੋਲਿਆ। ਉਹਨਾਂ ਨੇ ਕੀ ਆਖਿਆ ਸੀਗਾ ਕਿ ਅਸੀਂ ਪੱਟੀ ਦੇ ਲੰਬੜਧਾਰ ਆ ਤੇ ਅਸੀਂ ਜਿਹੜੀ ਉਗਰਾਹੀ ਇਕੱਠੀ ਕੀਤੀ ਉਹ ਦੇਣ ਆਏ ਆ, ਮਾਮਲਾ ਦੇਣ ਆਏ ਆ। ਸੋ ਜਿਸ ਕਰਕੇ ਉਹ ਅੰਦਰ ਚਲੇ ਗਏ। ਅਗਰ ਉਹ ਸੱਚ ਬੋਲ ਦਿੰਦੇ ਤਾਂ ਉਹ ਫਿਰ ਅੰਦਰ ਨਹੀਂ ਸੀ ਜਾ ਸਕਦੇ ਤੇ ਆਪਣੇ ਕਾਰਜ ਦੇ ਵਿੱਚ ਉਹਨਾਂ ਨੂੰ ਸਫਲਤਾ ਨਹੀਂ ਸੀ ਮਿਲਦੀ। ਪਰ ਕਿਵੇਂ ਉਹਨਾਂ ਨੇ ਬੜੀ ਬਰੀਕੀ ਦੇ ਨਾਲ, ਬੜੇ ਵਿਵੇਕ ਦੇ ਨਾਲ ਇਹ ਜਿਹੜਾ ਸੀਗਾ ਝੂਠ, ਇਸ ਝੂਠ ਨੂੰ ਜਿਹੜਾ ਸੀਗਾ ਉਹ ਸੱਚ ਕਰਕੇ ਜਾਣਿਆ। ਇਹ ਫੇਰ ਜਾ ਕੇ ਅੰਦਰ ਮੱਛੇ ਰੰਗੜ ਦਾ ਸਿਰ ਵੱਢਿਆ ਸੀਗਾ ਤੇ ਜਿਸ ਕਰਕੇ ਉਹਨਾਂ ਦੀ ਜਿਹੜੀ ਸੋਭਾ ਉਹ ਜੁਗਾ ਜਗੰਤਰ ਤੱਕ ਰਹੂਗੀ ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈਗਾ ਕਿ ਸਿੱਖ ਜ਼ਿੰਦਗੀ ਦੇ ਵਿੱਚ ਕਦੀ ਝੂਠ ਨਾ ਖਾਵੇ ਕਿਉਂਕਿ ਝੂਠ ਖਾਣ ਦੇ ਨਾਲ ਜਿਹੜੀ ਬਿਰਤੀ ਹੈਗੀ ਆ ਉਹ ਨੀਮੀ ਹੋ ਜਾਂਦੀ ਆ ਇਸ ਕਰਕੇ ਅਗਰ ਕੋਈ ਵੀ ਚੀਜ਼ ਖਾਣੀ ਹੈ ਨਾ ਪਹਿਲਾਂ ਉਹਨੂੰ ਸੁਚਮ ਕਰਕੇ ਖਾਣੀ ਹੈਗੀ ਆ ਸੁੱਝਮਤ ਆਪਣੇ ਨਾ ਸਰੀਰ ਦੀ ਕਰਨੀ ਹੈਗੀ ਆ ਹੱਥ ਧੋਣੇ ਆ ਚੰਗੀ ਤਰ੍ਹਾਂ ਸਾਰਾ ਕੁਝ ਕਰਕੇ ਕੋਰਲਾ ਵਗੈਰਾ ਹਰ ਇੱਕ ਚੀਜ਼ ਕਰਕੇ ਤੇ ਫਿਰ ਜੋ ਅਗਰ ਤੁਸੀਂ ਕੋਈ ਵੀ ਚੀਜ਼ ਖਾਣੀ ਹੈ ਨਾ ਸਭ ਤੋਂ ਪਹਿਲਾਂ ਉਸ ਚੀਜ਼ ਦੇ ਵਿੱਚ ਤੁਸੀਂ ਪਰਮਾਤਮਾ ਦਾ ਨਾਮ ਸ਼ਾਮਲ ਕਰਨਾ ਹੈਗਾ ਜਿੱਦਾਂ ਆਮ ਕਰਕੇ ਸਾਨੂੰ ਮਹਾਪੁਰਾ ਆਖਦੇ ਆ ਕਿ ਅਗਰ ਕਿਸੇ ਨੇ ਘਰ ਦੇ ਵਿੱਚ ਪ੍ਰਸ਼ਾਦਾ ਸ਼ਕਣ ਪ੍ਰਸ਼ਾਦਾ ਸ਼ਕਣ ਤੋਂ ਪਹਿਲਾਂ ਸਲੋਕ ਜ਼ਰੂਰ ਪੜ੍ਹਨਾ ਚਾਹੀਦਾ ਇੱਕ ਕਾਮ ਕ੍ਰੋਧ ਔਰ ਲੋਭ ਮੋ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਇਸ ਤਰ੍ਹਾਂ ਇਹ ਪੰਜਾਬਕਾਰਾਂ ਤੋਂ ਵੀ ਰਹਿਤ ਹੋ ਜਾਊਗੀ ਕਿਉਂਕਿ ਜਿਹੜਾ ਪ੍ਰਸ਼ਾਦਾ ਸੀ ਛਕਣਾ ਹੈਗਾ ਉਹ ਪ੍ਰਸ਼ਾਦ ਬਣ ਜਾਊਗਾ ਤੇ ਖਾਧਾ ਹੋਇਆ ਪ੍ਰਸ਼ਾਦ ਜਿਹੜਾ ਹੈਗਾ ਇਹ ਹਮੇਸ਼ਾ ਜਿਹੜੇ ਸਾਡੇ ਅੰਦਰ ਬੁਕਾਰ ਹੁੰਦੇ ਬੁਕਾਰਾਂ ਨੂੰ ਨਹੀਂ ਜਨਮ ਦਿੰਦਾ ਹਮੇਸ਼ਾ ਅੰਦਰ ਜਿਹੜੀ ਹੈ ਨਾ ਉਹ ਵਿਵੇਕ ਬੁੱਧ ਹੈ ਵਿਵੇਕ ਬੁੱਧ ਨੂੰ ਜਾਗਤ ਕਰਦਾ ਤੇ ਸਾਡੇ ਸਰੀਰ ਨੂੰ ਜਿਹੜੀ ਹੈ ਉਹ ਤਾਕਤ ਬਖਸ਼ਦਾ ਸਰੀਰ ਤਾਕਤ ਬਖਸ਼ਦਾ ਹੈਗਾ ਨਾ ਕਿ ਵਿਸ਼ੇਪਕਾਰ ਬਣਾਉਂਦਾ ਹੈਗਾ ਕਿਉਂ ਕਿ ਕਿਉਂਕਿ ਇਹਦੇ ਨਾਲ ਅਸੀਂ ਇਹ ਸ਼ਲੋਕ ਵਾਲਾ ਜਿਹੜਾ ਸ਼ਬਦ ਹੈਗਾ ਇਹ ਨਾਲ ਅਸੀਂ ਪੜ ਲਿਆ ਹੈਗਾ ਤੇ ਸ਼ਬਦ ਦੇ ਨਾਲ ਸ਼ਲੋਕ ਦੇ ਨਾਲ ਖਾਦਾ ਹੋਇਆ ਭੋਜਨ ਜਿਹੜਾ ਹੈਗਾ ਫਿਰ ਉਹ ਭੋਜਨ ਨਹੀਂ ਰਹਿੰਦਾ ਫਿਰ ਉਹ ਅੰਮ੍ਰਿਤ ਬਣ ਜਾਂਦਾ ਹੈਗਾ ਸੋ ਅਗਲਾ ਬਚਨ ਦਸ਼ਮੇਸ਼ ਪਿਤਾ ਜੀ ਦਾ ਹੈਗਾ ਕਿ ਸਿੱਖ ਨਾ ਕਦੀ ਵੀ ਪੈਸੇ ਦੇ ਨਾਲ ਮੋਹ ਨਾ ਕਰੇ ਕਿਉਂਕਿ ਪੈਸੇ ਦੇ ਨਾਲ ਮੋਹ ਪਾਇਆ ਸਿੱਖ ਦਾ ਜਿਹੜਾ ਉਹ ਸਿੱਖ ਨੂੰ ਲੋਭੀ ਬਣਾ ਦਿੰਦਾ ਤੇ ਜਿਹੜਾ ਲੋਭੀ ਬੰਦਾ ਹੁੰਦਾ ਹਨਾ ਉਹਦਾ ਧਰਮ ਨਹੀਂ ਹੁੰਦਾ ਹੈਗਾ ਇਸ ਕਰਕੇ ਪਾਈ ਸਿੱਖ ਚਾਹੇ ਗ੍ਰਸਤੀ ਹੋਵੇ ਚਾਹੇ ਤਿਆਗੀ ਹੋਵੇ ਲੋੜ ਤਾਂ ਉਹਨੂੰ ਮਾਇਆ ਦੀ ਹੈਗੀ ਆ ਲੇਕਿਨ ਮਾਇਆ ਜਿਹੜੀ ਹੈਗੀ ਆ ਉਹ ਗੁਜਰਾਨ ਹੈਗੀ ਆ ਹੁਣ ਦੇਖੋ ਗ੍ਰੈਸਟੀ ਵਾਸਤੇ ਗ੍ਰੈਸਟ ਚਲਾਉਣਾ ਉਹਦੇ ਵਾਸਤੇ ਮਾਇਆ ਜ਼ਰੂਰੀ ਆ ਲੇਕਿਨ ਮਾਇਆ ਗੁਜਰਾਨ ਤੇ ਗੁਜਰਾਨ ਦਾ ਭਾਵ ਉਹਦੀ ਆਈ ਚਲਾਈ ਹੋਣੀ ਚਾਹੀਦੀ ਆ ਤੇ ਇਸ ਤਰ੍ਹਾਂ ਜਿਹੜੇ ਮਹਾਤਮਾ ਹੈਗੇ ਆ ਤਿਆਗੀ ਪੁਰਖ ਵੀ ਆ ਉਹ ਵੀ ਮਾਇਆ ਵਰਤ ਲੈਂਦੇ ਆ ਲੇਕਿਨ ਕਿਵੇਂ ਵਰਤਦੇ ਆ ਉਹ ਲੋਕ ਭਲਾਈ ਵਾਸਤੇ ਵਰਤਦੇ ਆ ਸੋ ਇਸ ਤਰ੍ਹਾਂ ਉਹ ਲੋਕ ਭਲਾਈ ਵਰਤੇਦੇ ਰਹਿੰਦੇ ਜਿਹਨਾਂ ਕਾਰ ਸੇਵਾ ਵਾਲੇ ਮਹਾਪੁਰਖ ਹੁੰਦੇ ਆ ਉਹਨਾਂ ਦੇ ਪਾਸ ਲੱਖਾਂ ਕਰੋੜਾਂ ਅਰਬਾਂ ਖਰਬਾਂ ਪਈਆ ਹੁੰਦਾ ਪਰ ਉਹਦੇ ਵਿੱਚ ਉਹਨਾਂ ਦਾ ਰਤਾ ਜਿੰਨਾ ਵੀ ਆਪਣਾ ਹਾਂਛੇ ਨਹੀਂ ਹੁੰਦਾ ਉਹਦੇ ਵਿੱਚ ਉਹਨਾਂ ਦਾ ਮੋਹ ਨਹੀਂ ਹੁੰਦਾ ਕਿ ਇਹ ਮਾਇਆ ਮੇਰੀ ਆ ਜਿਸ ਤਰ੍ਹਾਂ ਆਈ ਜਾਂਦੀ ਉਸ ਤਰ੍ਹਾਂ ਉਹ ਲਗਾਉਂਦੇ ਰਹਿੰਦੇ ਹੈਗੇ ਸੋ ਅਗਲਾ ਵਚਨ ਦਸ਼ਮੇਸ਼ ਪਿੱਤਾ ਦਾ ਹੈਗਾ ਕਿ ਸਿੱਖ ਜਿਹੜਾ ਨਾ ਪ੍ਰਸ਼ਾਦ ਹੈਗਾ ਉਹ ਵੰਡ ਕੇ ਖਾਵੇ ਇਕੱਲਾ ਨਾ ਖਾਵੇ ਜਦ ਵੀ ਪ੍ਰਸ਼ਾਦ ਛਕਣਾ ਹਨ ਅਗਰ ਕੋਈ ਹੈ ਤਾਂ ਉਹਨੂੰ ਆਵਾਜ਼ ਮਾਰੇ ਪਾਈ ਆਓ ਪ੍ਰਸ਼ਾਦਾ ਛਕ ਲੋ ਕਿਉਂਕਿ ਤਿੰਨ ਜਿਹੜੇ ਨਿਜਮਾ ਸਿੱਖ ਦੇ ਸ਼ੁਰੂ ਤੋਂ ਹੀ ਆ ਨਾਮ ਜਪਣਾ ਕਿਰਤ ਕਰਨੀ ਤੇ ਵੰਡ ਛਕਣਾ ਪ੍ਰਸ਼ਾਦਾ ਪਾਸ ਆ ਜਵੇ ਚਾਹੇ ਜਿੰਨੀ ਮਰਜ਼ੀ ਭੁੱਖ ਲੱਗੀ ਹੋਵੇ ਲੇਕਿਨ ਉਹਨੂੰ ਵੰਡ ਕੇ ਛਕੇ ਤਾਂ ਫਿਰ ਵੰਡ ਕੇ ਛਕਣ ਦੇ ਨਾਲ ਜਿਹੜੇ ਦੂਸਰਿਆਂ ਦੇ ਪੇਟ ਦੇ ਵਿੱਚ ਜਾਂਦਾ ਹੈਗਾ ਉਹਦੇ ਨਾਲ ਤੁਹਾਡੀ ਤ੍ਰਿਪਤੀ ਆਪਣੇ ਆਪ ਹੀ ਹੋ ਜਾਂਦੀ ਹੈ ਤੇ ਦੂਸਰਾ ਹੈਗਾ ਕਿ ਤੁਹਾਨੂੰ ਉਹਨਾਂ ਦੇ ਅੰਦਰੋਂ ਪੈਦਾ ਹੋਈਆਂ ਜਿਹੜੀਆਂ ਸੀਸਾਂ ਹੈਗੀਆਂ ਤੁਹਾਡੇ ਹਿਰਦੇ ਤੱਕ ਪਹੁੰਚ ਜਾਂਦੀਆਂ ਹੈ ਸੋ ਅਗਲਾ ਪਛੰਦ ਦੇ ਸ਼ਪੇਸ਼ ਪਿਤਾ ਦਾ ਹੈਗਾ ਕਿ ਸਿੱਖ ਜਾਂ ਕਦੀ ਵੀ ਹਨਾ ਨੰਗੇ ਕੇਸ ਨਾ ਰੱਖੇ ਇਹ ਬੜਾ ਜ਼ਰੂਰੀ ਹੈਗਾ ਕਿਉਂਕਿ ਆਮ ਤੌਰ ਤੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਆਂ ਕਿ ਕੇਸ ਲੰਗੇ ਰੱਖਣੇ ਖਾਸ ਕਰਕੇ ਜਿਹੜੀਆਂ ਔਰਤਾਂ ਦਾ ਇੱਕ ਫੈਸ਼ਨ ਬਣ ਗਿਆ ਹੈਗਾ ਇਸ ਕਰਕੇ ਸਿਰ ਜੇਡ ਦੇ ਕੇਸ ਹਮੇਸ਼ਾ ਜਿਹੜਾ ਟੱਕ ਕੇ ਰੱਖਣੇ ਚਾਹੀਦੇ ਹੈਗੇ ਹਾਂ ਅਗਰ ਕਿਸੇ ਇਸ਼ਨਾਨ ਕਰਕੇ ਕੇਸ ਅਸੀਂ ਹਰੇ ਕਰਨੇ ਹੋਣ ਤਾਂ ਫਿਰ ਸਾਨੂੰ ਮਹੱਤਵਪੂਰਕ ਦੱਸਦੇ ਆ ਕਿ ਕੇਸ ਹਰੇ ਕਰਨ ਲੱਗੇ ਵੀ ਤੁਰ ਫਿਰ ਕੇ ਕੇਸ ਹਰੇ ਨਹੀਂ ਕਰਨੇ ਚਾਹੀਦੇ ਇੱਕ ਜਗ੍ਹਾ ਕੁਰਸੀ ਤੇ ਬੈਠ ਕੇ ਕਿ ਇਹ ਸਾਰੇ ਕਰੋ ਜਦ ਕੇ ਸਾਰੇ ਹੋ ਜਾਣਗੇ ਤੇ ਉਹਨੂੰ ਤੇਲ ਵਗੈਰਾ ਲਾ ਕੇ ਵਧੀਆ ਤਰੀਕੇ ਦੇ ਨਾਲ ਫਿਰ ਤੁਸੀਂ ਉਹਦਾ ਕੰਗਾ ਕਰੋ ਕੰਗਾ ਕਰਕੇ ਤੇ ਫਿਰ ਉਹ ਕੇਸ ਦਾ ਜੂੜਾ ਕਰਕੇ ਫਿਰ ਤੁਸੀਂ ਆਪਣੇ ਉੱਪਰ ਦਸਤਾਰ ਵਗੈਰਾ ਸਜਾ ਲਓ ਸੋ ਅਗਲਾ ਬਚਨ ਮਾਪੁਰਖਾਂ ਦਾ ਹੈਗਾ ਕਿ ਕਦੀ ਵੀ ਨੰਗੇ ਸਿਰ ਖਾਣਾ ਨਹੀਂ ਖਾਣਾ ਖਾਸ ਕਰਕੇ ਜਦੋਂ ਅਸੀਂ ਬਾਥਰੂਮ ਸੋ ਚੱਲੇ ਜਾਂਦੇ ਆ ਉਸ ਟਾਈਮ ਵੀ ਨੰਗੇ ਸਿਰ ਨਹੀਂ ਜਾਣਾ ਇਸ ਤੋਂ ਤੱਕ ਪਤਨੀ ਦਾ ਅਗਰ ਅਸੀਂ ਸੰਗ ਕਰਨਾ ਹੈਗਾ ਫਿਰ ਤੁਮੇ ਨੰਗੇ ਸਿਰ ਕਦੀ ਨਹੀਂ ਕਰਨਾ ਹੈਗਾ ਸੋ ਅਗਲਾ ਜਨਮਾਪੁਰਖਾਂ ਦਾ ਹੈਗਾ ਕਿ ਸੋਨਾ ਪਾਣੀ ਪੀਣਾ ਜਾਂ ਕਿਸੇ ਵੀ ਚੀਜ਼ ਦਾ ਇਸਤੇਮਾਲ ਕਰਨਾ ਕੋਈ ਵੀ ਚੀਜ਼ ਜਿਹੜੀ ਹੈ ਨਾ ਉਹ ਨੰਗੇ ਸਿਰ ਨਹੀਂ ਕਰਨੀ ਕਿਉਂਕਿ ਨੰਗੇ ਸਿਰ ਕਰਨ ਦੇ ਨਾਲ ਆਲ ਵਾਲੇ ਜਿਹੜੀਆਂ ਤਰੰਗਾ ਹੁੰਦੀਆਂ ਹੈ ਸਾਡੇ ਬ੍ਰਹਮੜ ਦੇ ਵਿੱਚ ਦੂਸਰੀਆਂ ਉਸ ਜਿਹੜੀਆਂ ਤਰੰਗਾ ਹੈਗੀਆਂ ਸਾਡੇ ਭਜਨ ਦੇ ਵਿੱਚ ਖਲੜ ਪਾ ਸਕਦੀਆਂ ਹੈਗੀਆਂ ਇਸ ਕਰਕੇ ਸਿੱਖ ਦੇ ਜਿਹੜੇ ਕੇਸ ਆ ਹਮੇਸ਼ਾ ਟਕੇ ਹੋਣੇ ਚਾਹੀਦੇ ਹੈਗੇ ਆ ਇਹ ਟਕੇ ਹੋਏ ਕੇਸਾਂ ਦੇ ਵਿੱਚ ਬੜੇ ਭੇਦ ਹੈਗੇ ਆ ਤੇ ਇੱਕ ਤਾਂ ਇਹ ਕੇਸ ਜਿਹੜੇ ਮਿੱਟੀ ਘਟੇ ਤੋਂ ਬਚੇ ਰਹਿੰਦੇ ਆ ਦੂਸਰਾ ਕੋਈ ਬੈਕਟੀਰੀਆ ਨਹੀਂ ਹੁੰਦਾ ਤੀਸਰੀ ਗੱਲ ਇਹ ਹੁੰਦੀ ਆ ਕਿ ਸਾਡੇ ਸਿਰ ਦੇ ਉੱਪਰ ਸਿਰ ਦੇ ਉੱਪਰ ਹਮੇਸ਼ਾ ਸਾਡੇ ਤਾਲੂ ਦੇ ਉੱਪਰ ਦਸਮ ਦਵਾਰ ਹੈਗਾ ਇਸ ਕਰਕੇ ਦਸਮ ਦਵਾਰ ਜਿਹੜਾ ਪਰਮੇਸ਼ਰ ਦਾ ਘਰ ਹੈਗਾ ਤੇ ਜਿਵੇਂ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਚੰਦੂਆ ਲਗਾਉਂਦੇ ਆ ਇਸ ਤਰ੍ਹਾਂ ਇਹ ਜਿਹੜੇ ਕੇਸ ਆ ਕੇਸਾਂ ਦੇ ਉੱਪਰ ਜਿਹੜਾ ਇਹ ਉਹ ਦਸਤਾਰ ਸਜਾਉਣੀ ਜਾਂ ਹੋਰ ਛੋਟਾ ਕਪੜਾ ਬੰਨਣਾ ਇਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਅਰ ਦੀ ਸੇਵਾ ਕਰਦੇ ਆ ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਜਦ ਵੀ ਭੋਜਨ ਛਕਣਾ ਭੋਜਨ ਛਕਣ ਦੇ ਨਾਲ ਅਗਰ ਕੋਈ ਸਿੱਖ ਬਿਨਾਂ ਜਪਜੀ ਸਾਹਿਬ ਤੋਂ ਭੋਜਨ ਛਕੇ ਤਾਂ ਕਹਿੰਦੇ ਫੇ ਉਤਨਖਾਈਆ ਕਰਾਰ ਹੋ ਜਾਂਦਾ ਕਿਉਂ ਕਿਉਂਕਿ ਉੱਤੇ ਉਹਦੀ ਕਿਰਪਾ ਨਹੀਂ ਬਣਦੀ ਇਸ ਕਰਕੇ ਅਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਤੁਸੀਂ ਨਾਮ ਜਪਣਾ ਹੈਗਾ ਨਾਮ ਜਪਣ ਤੋਂ ਬਾਅਦ ਤਾਂ ਫਿਰ ਜਦ ਤੋ ਅਸੀਂ ਖਾਣਾ 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 ਖਾਣ ਤੋਂ ਪਹਿਲਾਂ ਤੁਸੀਂ ਅਗਰ ਅਪਨਿਤ ਨਿਮਖਾਲੀਓ ਖਾਸ ਕਰਕੇ ਜਪਜੀ ਸਾਹਿਬ ਤੇ ਜਾਪ ਸਾਹਿਬ ਦੋ ਬਾਣੀਆਂ ਪੜ੍ਹੀਏ ਫਿਰ ਪ੍ਰਸ਼ਾਦਾ ਛਕੀਏ ਤਾਂ ਮਾਪੁਰ ਕਹਿੰਦੇ ਵੀ ਭਾਈ ਫੇਰ ਤਾਂ ਗੁਰੂ ਦੀ ਕਿਰਪਾ ਹੋ ਜਾਂਦੀ ਆ ਲੇਕਿਨ ਬਿਨਾ ਜਪਜੀ ਸਾਹਿਬ ਦੇ ਪਾਠ ਤੋਂ ਪ੍ਰਸ਼ਾਦਾ ਛਕਣਾ ਜਿਹੜਾ ਉਹ ਸਿੱਖ ਲਈ ਮਨਮਤ ਹੈਗੀ ਹੈ ਅਗਲਾ ਬਚਨ ਦਸ਼ਬੀਸ਼ ਪਤਾ ਦਾ ਹੈਗਾ ਕਿ ਮੇਰਾ ਸਿੱਖ ਕਿਸੇ ਵੀ ਇਸਤਰੀ ਦਾ ਜਿਹੜਾ ਨਗਨ ਚਿੱਤਰ ਹੈਗਾ ਉਹ ਜ਼ਿੰਦਗੀ ਚ ਕਦੀ ਦੇਖੇ ਨਾ ਕਿਉਂ ਨਗਨ ਚਿੱਤਰ ਦੇਖਣ ਦੇ ਨਾਲ ਉਹਦੇ ਬਿਕਾਰ ਵੱਧਦੇ ਆ ਤੇ ਬਿਕਾਰ ਵਧਣ ਦੇ ਨਾਲ ਫਿਰ ਉਹ ਸਿੱਖ ਦਾ ਜਿਹੜਾ ਸਿਮਰਨ ਚਿੰਤਨ ਚੱਲ ਰਿਹਾ ਹੈ ਉਹਦੇ ਵਿੱਚ ਵਿਗਨ ਪੈ ਜਾਂਦਾ ਇਸ ਕਰਕੇ ਕਿਸੇ ਵੀ ਇਸਤਰੀ ਦਾ ਨਗਨ ਚਿੱਤਰ ਨਹੀਂ ਦੇਖਣਾ ਚਾਹੀਦਾ ਤੇ ਅਗਰ ਕੋਈ ਸਿੱਖ ਇਸ ਤਰ੍ਹਾਂ ਆਪਣੇ ਆਪ ਨੂੰ ਸੋਧ ਕੇ ਰੱਖੇਗਾ ਤਾਂ ਫਿਰ ਉਹਦੇ ਮਨ ਦੇ ਅੰਦਰ ਵਾਹਿਗੁਰੂ ਚੰਤਨ ਜਿਹੜਾ ਹੈਗਾ ਉਹ ਹਮੇਸ਼ਾ ਇੱਕ ਰਸ ਚੱਲਦਾ ਰਹੇਗਾ ਸੋ ਅਗਲਾ ਬਚਨ ਦਸ਼ਮੇਸ਼ ਪੀਤਾ ਮਹਾਰਾਜਾ ਹੈਗਾ ਕਿ ਸਿੱਖ ਕਦੀ ਵੀ ਮਾਲ ਡੰਗਰ ਦੀ ਚੋਰੀ ਨਾ ਕਰੇ ਕਿਉਂਕਿ ਜਿਹੜੀ ਮਾਲ ਡੰਗਰ ਦੀ ਚੋਰੀ ਕਰਨੀ ਹੈਗੀ ਆ ਇਹ ਨੀਚ ਨੀਚ ਬਿਰਤੀ ਨੂੰ ਜਨਮ ਦੇਣਾ ਹੈਗਾ ਇਸ ਕਰਕੇ ਇਸ ਚੋਰੀ ਤੋਂ ਦੂਰ ਰਹੇ ਜਿਵੇਂ ਆਪਾਂ ਇਤਿਹਾਸ 'ਚ ਦੇਖਦੇ ਆਂ ਕਿ ਭਾਈ ਭਗਤਾ ਜੀ ਜਿਨ੍ਹਾਂ ਦੀ ਉਮਰ तकरीबन ਜਦ 80 ਸਾਲ ਦੀ ਹੋਈ ਸੀ ਤੇ ਜਦ ਕਰਤਾਰਪੁਰ ਵਿਖੇ ਜਿਹੜੇ ਸੀ ਉਹ ਆਪਣੇ ਅੰਤਮ ਜਨਨ ਕੀ ਦੇ ਸਵਾਸਾਂ ਦੇ ਵਿੱਚ ਜਾ ਰਹੇ ਸੀਗੇ ਤਾਂ ਉਹਨਾਂ ਦੇ ਜਿਹੜੇ ਸਰੀਰ ਦੀ ਹਾਲਤ ਸੀਗੀ ਉਸ ਟਾਈਮ ਥੋੜੀ ਖਸ ਤਫ ਹੋ ਗਈ ਸੀ ਤੇ ਫਿਰ ਜਦ ਸੰਗਤ ਨੇ ਪੁੱਛਿਆ ਸੀਗਾ ਕਿ ਤੁਹਾਡਾ ਸਰੀਰ ਜਿਹੜਾ ਹੈਗਾ ਉਹ ਅੰਤ ਸਮੇਂ ਇੰਨਾ ਢਿੱਲਾ ਮੱਠਾ ਕਿਉਂ ਹੈਗਾ ਤੇ ਫਿਰ ਭਾਈ ਭਗਤ ਜੀ ਨੇ ਦੱਸਿਆ ਸੀਗਾ ਕਿਉਂਕਿ ਕਹਿੰਦੇ ਦੱਸਦੇ ਸੀ ਕਿ ਮੇਰੇ ਜੀਵਨ ਦੇ ਵਿੱਚ ਬਹੁਤ ਸਾਰੇ ਸਿੱਖ ਜਿਹੜੇ ਮੱਝਾਂ ਗਾਵਾਂ ਚੋਰੀ ਕਰਕੇ ਜਾਂ ਹੋਰ ਜਾਨਵਰ ਚੋਰੀ ਕਰਕੇ ਕਹਿੰਦੇ ਵੀ ਉਹਨਾਂ ਦਾ ਦੁੱਧ ਸਾਨੂੰ ਛਕਾਉਂਦੇ ਰਹੇ ਆ ਇਸ ਕਰਕੇ ਉਹ ਜਿਹੜਾ ਚੋਰੀ ਕੀਤਾ ਦੁੱਧ ਅਸੀਂ ਸਾਨੂੰ ਪੀਂਦੇ ਰਹੇ ਆ ਤੇ ਉਹ ਅਸੀਂ ਚਾਹੁੰਦੇ ਆ ਕਿ ਇਹ ਜਿਹੜਾ ਚੋਰੀ ਦਾ ਪੀਤਾ ਹੋਇਆ ਦੁੱਧ ਦਾ ਕਰਮ ਹੈਗਾ ਇਸੇ ਜਨਮ ਦੇ ਵਿੱਚ ਇਸੇ ਹੀ ਸਜ਼ਾ ਦੁਆਰਾ ਪੂਰਾ ਕਰ ਦਈਏ ਤਾਂ ਜੋ ਸਾਡਾ ਜਿਹੜਾ ਨਾ ਆਵਾਗਮਨ ਹਮੇਸ਼ਾ ਲਈ ਖਤਮ ਹੋ ਜਵੇ ਸੋ ਅਗਲਾ ਬਚਨ ਦਸ਼ਮੇਸ਼ ਪੀਤਾ ਮਾਰਦਾ ਹੈਗਾ ਕਿ ਸਿੱਖ ਜ਼ਿੰਦਗੀ ਦੇ ਵਿੱਚ ਕਦੀ ਵੀ ਕੁਠਾ ਮਾਸ ਨਾ ਖਾਵੇ ਹਮੇਸ਼ਾ ਝਟਕਾ ਖਾਵੇ ਕਿਉਂਕਿ ਜਿਹੜਾ ਕੁਠਾ ਮਾਸ ਹੁੰਦਾ ਹੈਗਾ ਜਿਹੜਾ ਕਲਮਾ ਪੜਿਆ ਦੁਆਰਾ ਆਪਾਂ ਮੁਸਲਮਾਨ ਧਰਮ ਦੇ ਵਿੱਚ ਦੇਖਦੇ ਆ ਇਹ ਖਾਣ ਦੇ ਨਾਲ ਸਿੱਖ ਦੀ ਬਿਰਤੀ ਦੇ ਵਿੱਚ ਜਿਹੜੀ ਦਇਆ ਹੈਗੀ ਆ ਉਹ ਤਕਰੀਬਨ ਤਕਰੀਬਨ ਖਤਮ ਹੋ ਜਾਂਦੀ ਹੈ ਸਿੱਖ ਜਰਵਾਣਾ ਬਣ ਸਕਦਾ ਉਹਦੀ ਬਿਰਤੀ ਜਰਵਾਣੀ ਬਣ ਸਕਦੀ ਹੈ ਕਿਉਂਕਿ ਕੋ ਕੋ ਕੇ ਜਾਨਵਰ ਮਾਰਨ ਦੇ ਨਾਲ ਉਹ ਜਿਹੜਾ ਅਸਰ ਹੈਗਾ ਉਹ ਸਿੱਖ ਦੇ ਮਨ ਦੇ ਉੱਤੇ ਜ਼ਰੂਰ ਪੈਂਦਾ ਹੈਗਾ ਕਿਉਂਕਿ ਜਦ ਕਿਸੇ ਜਾਨਵਰ ਨੂੰ ਕੋਹ ਕੋਹ ਕੇ ਮਾਰਿਆ ਜਾਂਦਾ ਉਹਦੇ ਅੰਦਰ ਡਰ ਦੀ ਭਾਵਨਾ ਜਿਹੜੀ ਬਹੁਤ ਜ਼ਿਆਦਾ ਪੈਦਾ ਹੋ ਜਾਂਦੀ ਆ ਉਹ ਜਿਹੜੀ ਡਰ ਦੀ ਭਾਵਨਾ ਮਨ ਤੇ ਪੈ ਜਾ ਉਹ ਜਾਂਦੀ ਆ ਤੇ ਉਹ ਜਾਨਵਰ ਦੇ ਸਰੀਰ ਦੇ ਉੱਤੇ ਪੂਰੀ ਅਸਰ ਕਰ ਦਿੰਦੀ ਆ ਇਸ ਕਰਕੇ ਉਹਦਾ ਮਾਸ ਜਿਹੜਾ ਹਨ ਜੋ ਵੀ ਅਗਰ ਸ਼ਕਲ ਬੇ ਪ੍ਰਾਣੀ ਉਹ ਪ੍ਰਾਣੀ ਦੇ ਉੱਤੇ ਜਿਹੜਾ ਡਰ ਹੈਗਾ ਉਹ ਡਰ ਉਹਦੇ ਉੱਤੇ ਘਰ ਕਰ ਜਾਂਦਾ ਹੈਗਾ ਤੇ ਇਸ ਕਰਕੇ ਉਹ ਜਿਹੜਾ ਪ੍ਰਾਣੀ ਹੈਗਾ ਉਹ ਪਹਿਲਾਂ ਤਾਂ ਡਰੂ ਹੋ ਜਾਂਦਾ ਦੂਸਰਾ ਕੀ ਹੁੰਦਾ ਹੈਗਾ ਕਿ ਇਹੋ ਜਿਹਾ ਕੋਕੋ ਕੇ ਖਾਦਾ ਹੋਇਆ ਮਾਸ ਉਹਦੇ ਜੀਵਨ ਦੇ ਵਿੱਚ ਫਿਰ ਉਸ ਵਿਅਕਤੀ ਨੂੰ ਜਿਹੜਾ ਹੈ ਜਰਵਾਣਾ ਬਣਾ ਦਿੰਦਾ ਹੈਗਾ ਇਸ ਕਰਕੇ ਸਾਨੂੰ ਦਸ਼ਮੇਸ਼ ਪੀਤਾ ਮਾਰ ਨੇ ਆਖਿਆ ਹੈ ਕਿ ਅਗਰ ਜ਼ਿੰਦਗੀ ਵਿੱਚ ਸਿੱਖ ਨੇ ਅਗਰ ਕਿ ਮਾਸ ਦਾ ਸੇਵਨ ਵੀ ਕਦੀ ਜ਼ਿੰਦਗੀ ਚ ਕਰਨਾ ਹੋਵੇ ਤਾਂ ਫਿਰ ਕਹਿੰਦੇ ਵੀ ਉਹਨੂੰ ਝਟਕਾ ਮਾਸ ਖਾਣਾ ਚਾਹੀਦਾ ਹੈ ਝਟਕੇ ਵਿੱਚ ਜਿਵੇਂ ਬੱਕਰਾ ਵਗੈਰਾ ਹੈ ਸੋ ਕਹਿਣ ਤੋਂ ਪਾਉ ਇਹ ਹੈ ਕਿ ਜਿਹੜਾ ਝਟਕਾ ਮਾਸ ਹੈਗਾ ਇਸ ਮਾਸ ਦੇ ਨਾਲ ਜਿਹੜੀ ਦਇਆ ਭਾਵਨਾ ਹੈਗੀ ਆ ਉਹ ਸਿੱਖ ਦੇ ਅੰਦਰ ਬਣੀ ਰਹਿੰਦੀ ਹੈਗੀ ਆ ਤੇ ਨਾ ਕਿ ਦਸ਼ਮੇਸ਼ ਪੀਨ ਦੱਸਿਆ ਹੈਗਾ ਕਿ ਅਗਰ ਸਿੱਖ ਨੇ ਮਾਸ ਖਾਣਾ ਜੀਭ ਦੇ ਸਵਾਦ ਲਈ ਨਹੀਂ ਖਾਣਾ ਹਾਂ ਕਿਤੇ ਜ਼ਰੂਰਤ ਪਵੇ ਸਿੱਖ ਵਾਸਤੇ ਖੁੱਲ ਹੈਗੀ ਆ ਕਿ ਸਿੱਖ ਜਿਹੜਾ ਹਨ ਉਹ ਝਟਕਾ ਮਾਸ ਖਾ ਸਕਦਾ ਹੈਗਾ ਦਾਸ ਇਨਹੀ ਬਚਨ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੋਇਆ ਖੇਮਾ ਦਾ ਜਾਚਕਾ ਜੀ ਹੋਈਆਂ ਬਿਆੰਤ ਭੁਲਾ ਚੋਕਾਂ ਦੀ ਖੇਮਾ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ